ਅੱਜ ਪੰਜਾਬ ਦਾ ਜਿਹੜਾ ਸਿਆਸੀ ਪਾਰਾ ਹੈ ਇਹ ਬਹੁਤ ਚੜਿਆ ਰਹਿਣਾ। ਇੱਕ ਤੇ ਅੱਜ 2 ਅਕਤੂਬਰ ਹੈ, ਰਾਸ਼ਟਰਪਿਤਾ ਮਹਾਤਮਾ ਗਾਂਧੀ ਹੋਣਾ ਦਾ ਜਨਮ ਦਿਨ ਹੈ, ਛੁੱਟੀ ਹੈ, ਤੇ ਅੱਜ ਦੋ ਵੱਡੇ ਲੀਡਰ ਜਿਹੜੇ ਆ ਉਹ ਪੰਜਾਬ ਆ ਰਹੇ। ਇੱਕ ਪਾਸੇ ਤਾਂ ਰਾਹੁਲ ਗਾਂਧੀ ਜਿਹੜੇ ਆ ਕਾਂਗਰਸ ਦੇ ਵੱਡੇ ਲੀਡਰ ਨੇ, ਪ੍ਰਧਾਨ ਮੰਤਰੀ ਦੀ ਰੇਸ 'ਚ ਵੀ ਨੇ, ਉਹ ਵੀ ਪ੍ਰਧਾਨ ਮੰਤਰੀ ਬਣਨਾ ਚਾਹੁੰਦੇ ਆ ਇਲੈਕਸ਼ਨਾਂ 2024 ਦੀਆਂ ਜਿਹੜੀਆਂ ਆ ਰਹੀਆਂ ਉਹਦੇ ਲਈ, ਉਹ ਗੱਠਜੋੜ ਵੀ ਹੋਇਆ ਇੰਡੀਆ ਅਲਾਇੰਸ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਜਿਹੜੇ ਆ ਉਹ ਵੀ ਪਟਿਆਲੇ ਆ ਰਹੇ ਆ, ਪਟਿਆਲਾ ਦੇ ਵਿੱਚ ਜਿਹੜਾ ਇੱਕ ਹੋਸਪਿਟਲ ਦੇ ICU ਯੂਨਿਟ ਦਾ ਉਦਘਾਟਨ ਕਰਨਾ, ਅਤੇ ਉਹਦੇ ਲਈ ਜਿਹੜਾ ਕੇਜਰੀਵਾਲ ਸਾਹਿਬ ਨੂੰ ਦਿੱਲੀ ਤੋਂ ਬੁਲਾਇਆ ਗਿਆ। ਮਾਤਾ ਕੌਸ਼ਲਿਆ ਹੋਸਪਿਟਲ ਆ, ਉਹਦੇ ਵਿੱਚ ਇੱਕ ICU ਯੂਨਿਟ ਜਿਹੜਾ ਵਾ ਉਹ ਪੰਜਾਬ ਸਰਕਾਰ ਨਵਾਂ ਬਣਾ ਰਹੀ ਆ, ਉਹਦੇ ਉਦਘਾਟਨ ਲਈ ਕੇਜਰੀਵਾਲ ਸਾਹਿਬ ਆ ਰਹੇ ਆ। ਖਬਰਾਂ ਇਹ ਵੀ ਨੇ ਕਿ ਇੱਕ ਵਾਰ ਫਿਰ ਤੋਂ ਜਿਹੜਾ ਉਹ ਡਿਊਟੀ ਲਾ ਦਿੱਤੀ ਗਈ ਹੈ ਬੱਸਾਂ ਭਰਨ ਦੀ, ਕਿ ਬੱਸਾਂ ਭਰ ਕੇ ਪਹੁੰਚੋ, ਵੱਡੇ ਲੀਡਰ ਆ ਰਹੇ ਆ। ਦੂਸਰੇ ਪਾਸੇ ਰਾਹੁਲ ਗਾਂਧੀ ਦਾ ਜਿਹੜਾ ਇਹ ਦੌਰਾ ਇਹ ਬਿਲਕੁਲ ਨਿੱਜੀ ਦੱਸਿਆ ਜਾ ਰਿਹਾ ਕਿ ਉਹਨਾਂ ਨੇ ਸਿਰਫ ਸ਼੍ਰੀ ਹਰਿਮੰਦਰ ਸਾਹਿਬ ਆਉਣਾ, ਉੱਥੇ ਮੱਥਾ ਟੇਕਣਾ, ਰਾਤ ਉਹਨਾਂ ਉੱਥੇ ਹੀ ਰਹਿਣਾ, ਫਿਰ ਸਵੇਰੇ ਜਿਹੜੀ ਪਾਲਕੀ ਸਾਹਿਬ ਦੀ ਸੇਵਾ ਹੁੰਦੀ ਆ ਉਹ ਵੀ ਉਹ ਕਰਨਾ ਚਾਹੁੰਦੇ। ਪਰ ਇਹ ਸਭ ਦੇ ਵਿੱਚ ਜਿਹੜਾ ਮਾਹੌਲ ਹੈ ਸਿਆਸੀ ਜਿਹੜਾ ਉਹ ਇਹ ਬਣਿਆ ਪਿਆ ਕਿ ਲੋਕ ਗੱਲਾਂ ਕਰ ਰਹੇ ਆ ਦੋ ਵੱਡੇ ਲੀਡਰ ਪੰਜਾਬ 'ਚ, ਕਿਉਂਕਿ ਪੋਲੀਟੀਕਲ ਲੀਡਰ ਜਦੋਂ ਵੀ ਆਉਂਦਾ ਉਹ ਕਿਤੇ ਮੰਦਰ ਗੁਰਦੁਆਰੇ ਜਾਂ ਕਿਤੇ ਵੀ ਜਦੋਂ ਜਾਂਦਾ ਤਾਂ ਉਹਨੂੰ ਜੋੜ ਕੇ ਜਿਹੜਾ ਉਹ ਵੋਟਾਂ ਦੇ ਨਜ਼ਰੀਏ ਨਾਲ ਹੀ ਦੇਖਿਆ ਜਾਂਦਾ ਕਿ ਇਹ ਸਿਰਫ ਵੋਟ ਬੈਂਕ ਨੂੰ ਜਿਹੜਾ ਪ੍ਰਭਾਵਿਤ ਕਰਨ ਲਈ ਆ ਰਹੇ, ਕਿਉਂਕਿ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਉਹ ਹਜ਼ਾਰਾਂ ਲੋਕ ਜਿਹੜੇ ਆ ਉਹ ਨਤਮਸਤਕ ਹੁੰਦੇ ਆ ਰੋਜ਼ਾਨਾ ਹੀ। ਤਾਂ ਹੋ ਸਕਦਾ ਇਹ ਵੀ ਇਹਨਾਂ ਦੇ ਕੋਈ PR ਐਕਟੀਵਿਟੀ ਹੋਵੇ ਕਿ ਠੀਕ ਹੈ ਜੀ ਤੁਸੀਂ ਜਿਹੜਾ ਉੱਥੇ ਨਤਮਸਤਕ ਹੋਵੋ, ਹਾਲਾਂਕਿ ਇਸ ਤੋਂ ਪਹਿਲਾਂ ਵੀ ਉਹ ਇੱਕ ਵਾਰ ਆਏ ਸੀ ਪਿਛਲੇ ਸਾਲ। ਇਹ ਸਭ ਦੇ ਵਿੱਚ ਜਿਹੜਾ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਪੰਜਾਬ ਦੇ, ਜਿਨ੍ਹਾਂ ਵਿੱਚ ਕਾਂਗਰਸ ਦੇ ਪ੍ਰਧਾਨ ਨੇ ਅਮਰਿੰਦਰ ਰਾਜਾ ਵੜਿੰਗ, LOP ਲੀਡਰ ਨੇ ਪ੍ਰਤਾਪ ਸਿੰਘ ਬਾਜਵਾ, ਉਹ ਜਿਹੜੇ ਆ ਉਹਨਾਂ ਨੂੰ ਦੂਰ ਰੱਖਿਆ ਗਿਆ। ਉਹਨਾਂ ਨੇ ਜਿਹੜਾ ਉਹ ਰਾਹੁਲ ਗਾਂਧੀ ਨਾਲ ਕੋਈ ਮੁਲਾਕਾਤ ਨਹੀਂ ਕਰਨੀ। ਰਾਹੁਲ ਗਾਂਧੀ ਦਾ ਜਿਹੜਾ ਇਹ ਬਿਲਕੁਲ ਨਿੱਜੀ ਦੌਰਾ, ਇਹਨਾਂ ਨੇ ਨਤਮਸਤਕ ਹੋਣਾ। ਅਤੇ ਦੂਸਰੇ ਪਾਸੇ ਜਿਹੜੇ ਅਰਵਿੰਦ ਕੇਜਰੀਵਾਲ ਅੱਜ ਆ ਰਹੇ ਨੇ ICU ਸੈਂਟਰ ਦਾ ਉਦਘਾਟਨ ਕਰਨ ਲਈ, ਉੱਥੇ ਸੂਤਰਾਂ ਦੇ ਵਾਲੇ ਤੋਂ ਖਬਰ ਇਹ ਵੀ ਹੈ ਵੀ ਇੱਕ ਵਾਰੀ ਫਿਰ ਜਿਹੜਾ ਡਿਊਟੀ ਲਾਤੀ ਹੈ ਸਾਰੇ ਵਰਕਰਾਂ ਦੀ, ਕਿ ਬੱਸਾਂ ਭਰ ਭਰ ਕੇ ਜਿਹੜੀਆਂ ਉਹ ਲਿਆਓ, ਵੱਡੇ ਲੀਡਰ ਆ ਰਹੇ ਆ, ਰੈਲੀ ਭਰਵੀਂ ਲੱਗਣੀ ਚਾਹੀਦੀ ਹੈ, ਵੱਡੇ ਲੀਡਰ ਦੇ ਸਾਹਮਣੇ ਇਕੱਠ ਹੋਣਾ ਚਾਹੀਦਾ। ਹਾਲਾਂਕਿ ਇਹ ਦੋਵੇਂ ਸ਼ਖਸ ਜਿਹੜੇ ਆ ਇਹ ਪ੍ਰਧਾਨ ਮੰਤਰੀ ਦੀ ਦੌੜ ਵਿੱਚ ਜਿਹੜੇ ਨੇ ਆਪਣੇ ਆਪ ਨੂੰ ਸਮਝਦੇ ਨੇ, ਗੱਠਜੋੜ ਵੀ ਇਸੇ ਤਹਿਤ ਹੋਇਆ। ਹਾਲਾਂ ਪੰਜਾਬ ਦੇ ਵਿੱਚ ਸੁਖਪਾਲ ਖਹਿਰਾ ਨੂੰ ਲੈ ਕੇ ਇੱਕ ਤਣਾਅ ਵੀ ਬਣਿਆ ਹੋਇਆ। ਇੱਕ ਪਾਸੇ ਕਾਂਗਰਸ ਦੇ ਜਿਹੜੇ ਵੱਡੇ ਆਗੂ ਨੇ, ਵੱਡੇ ਆਗੂ ਕੀ ਈਵਨ ਜਿਹੜੇ ਕਾਂਗਰਸੀ ਵਰਕਰ ਵੀ ਨੇ, ਉਹ ਵੀ ਕਹਿ ਰਹੇ ਆ ਇਹ ਕਿਸ ਤਰ੍ਹਾਂ ਦਾ ਗੱਠਜੋੜ ਹੈ ਕਿ ਇੱਕ ਪਾਸੇ ਅਸੀਂ ਜਿਹੜਾ 2024 ਦੇ ਲੋਕ ਸਭਾ ਇਲੈਕਸ਼ਨ ਲੜਨੇ ਆ ਇਕੱਠਿਆਂ ਨੇ, ਅਤੇ ਦੂਸਰੇ ਪਾਸੇ ਉਹੀ ਭਾਈਵਾਲ ਪਾਰਟੀ ਜਿਹੜੀ ਆ ਉਹ ਲੀਡਰ ਨੂੰ ਨਜਾਇਜ਼ ਫਸਾ ਰਹੀ ਹੈ, ਉਸ ਲੀਡਰ ਨੂੰ ਨਜਾਇਜ਼ ਫਸਾ ਰਹੀ ਹੈ ਜਿਹਦੇ ਉੱਤੇ ਸੁਪਰੀਮ ਕੋਰਟ ਜਿਹੜਾ ਉਹਨਾਂ ਨੂੰ ਰਾਹਤ ਦੇ ਚੁੱਕਾ। ਇਹ ਸਭ ਦੇ ਵਿੱਚ ਹੁਣ ਜਿਹੜੇ ਸਵਾਲ ਇਹ ਪੈਦਾ ਹੁੰਦੇ ਨੇ ਕਿ ਇਹ ਦੋਵੇਂ ਲੀਡਰ ਜਿਹੜੇ ਨੇ ਪੰਜਾਬ ਦੇ ਵਿੱਚ ਨੇ, ਅੱਜ ਅਰਵਿੰਦ ਕੇਜਰੀਵਾਲ ਤਾਂ ਹੈ ਹੀ ਰੈਲੀ ਆ, ਉਹਨਾਂ ਨੇ ਉਦਘਾਟਨ ਕਰਨਾ, ਉਹਨਾਂ ਨੇ ਤੇ ਜਨਤਾ ਨੂੰ ਸੰਬੋਧਨ ਕਰਨਾ, ਉਹ ਤੇ ਜ਼ਰੂਰ ਜਿਹੜਾ ਆਪਣੀਆਂ ਪ੍ਰਾਪਤੀਆਂ ਗਿਣਾਉਣਗੇ, ਦੱਸਣਗੇ ਕਿ ਪੰਜਾਬ ਸਰਕਾਰ ਜਿਹੜਾ ਉਹ ਕੀ ਜ਼ਿਆਦਾ ਤੋਂ ਜ਼ਿਆਦਾ ਕਰ ਰਹੀ ਹੈ, ਕੀ ਉਹ ਲੋਕਾਂ ਦੀ ਭਲਾਈ ਲਈ ਕਰ ਰਹੀ ਆ ਉਹ ਦੱਸਣਗੇ। ਦੂਸਰੇ ਪਾਸੇ ਰਾਹੁਲ ਗਾਂਧੀ ਜਿਹੜੇ ਆ ਉਹ ਬਿਲਕੁਲ ਸ਼ਾਂਤ ਰਹਿਣਗੇ, ਉਹਨਾਂ ਸਿਰਫ ਜਿਹੜਾ ਉਹ ਪੂਰੀ ਆਪਣੀ ਸ਼ਰਧਾ ਭਾਵਨਾ ਦੇ ਨਾਲ ਜਿਹੜਾ ਹਰਿਮੰਦਰ ਸਾਹਿਬ 'ਚ ਨਤਮਸਤਕ ਹੋਣਾ। ਪਰ ਇਹ ਸਭ ਦੇ ਵਿੱਚ ਸੁਨੇਹਾ ਕੀ ਜਾਂਦਾ ਲੋਕਾਂ ਨੂੰ ਕਿ ਇਹ ਜਿਹੜਾ ਦੋਵੇਂ ਲੀਡਰ ਇੰਡੀਆ ਅਲਾਇੰਸ ਇਹਨਾਂ ਨੇ ਕਰ ਲਿਆ, ਕੀ ਇਹਨਾਂ ਦੀ ਕੋਈ ਮੁਲਾਕਾਤ ਹੋਊ, ਕੀ ਜਿਹੜਾ ਇਹ ਰੈਲੀਆਂ ਦਾ ਦੌਰ ਜਿਹੜਾ ਲਗਭਗ ਸ਼ੁਰੂ ਹੀ ਹੋ ਚੁੱਕਾ ਕਿਉਂਕਿ ਇਲੈਕਸ਼ਨ ਆਉਣ ਵਾਲੇ ਆ, ਕੀ ਇਹ ਜਿਹੜਾ ਸਾਰਾ ਮਾਜਰਾ ਇਹ ਲੋਕਾਂ ਨੂੰ ਵੋਟਾਂ 'ਚ ਤਬਦੀਲ ਕਰਨ ਲਈ ਕੀਤਾ ਜਾ ਰਿਹਾ? ਕਿਉਂਕਿ ਅਰਵਿੰਦ ਕੇਜਰੀਵਾਲ ਹੋਣਾ ਕੋਲ ਹੁਣ ਦਿੱਲੀ ਦੇ ਵਿੱਚ ਜਿਹੜਾ ਉਹ ਕੋਈ ਅਖਤਿਆਰ ਹੈ ਨਹੀਂ, ਉਹ ਸਾਰੇ ਅਖਤਿਆਰ ਜਿਹੜੇ ਨੇ ਉਹ ਹੁਣ ਲੈਫਟੀਨੈਂਟ ਗਵਰਨਰ ਕੋਲ ਨੇ। ਕੀ ਇਸ ਕਰਕੇ ਵਾਰ ਵਾਰ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਬੁਲਾਇਆ ਜਾਂਦਾ ਬਈ ਚਲੋ ਕਿਉਂਕਿ ਵੱਡੇ ਲੀਡਰ ਨੇ, ਅਖਬਾਰਾਂ 'ਚ ਰਹਿਣ, ਸੁਰਖੀਆਂ 'ਚ ਬਣੇ ਰਹਿਣ, ਮੀਡੀਆ ਜਿਹੜਾ ਕਵਰ ਕਰਦਾ ਰਹੇ। ਇਸ ਤੋਂ ਪਹਿਲਾਂ ਵੀ ਅਰਵਿੰਦ ਕੇਜਰੀਵਾਲ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਜਿਹੜਾ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕਰਕੇ ਗਏ। ਸ਼ਾਇਦ ਹੋ ਸਕਦਾ ਕਿ ਹੁਣ ਜਿਹੜਾ ਜ਼ੋਰ, ਕਿਉਂਕਿ ਪੰਜਾਬ ਦੇ ਵਿੱਚ ਉਹਨਾਂ ਦੀ ਸਰਕਾਰ ਹੈ ਤਾਂ ਉਹਨਾਂ ਨੂੰ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਹਦਾਇਤ ਕੀਤੀ ਗਈ ਹੋਵੇ ਵੀ ਹੁਣ ਜਿਹੜੇ ਅੱਗੋਂ ਸਾਰੇ ਉਦਘਾਟਨ ਆ ਮੇਰੇ ਤੋਂ ਕਰਾਉਣੇ ਆ ਤਾਂ ਜੋ ਮੈਂ ਸੁਰਖੀਆਂ 'ਚ ਬਣਿਆ ਰਹਾਂ, ਕਿਉਂਕਿ ਉਹ ਆਪਣੇ ਆਪ ਨੂੰ ਵੱਡਾ ਜਿਹੜਾ ਲੀਡਰ ਬਣਾ ਕੇ ਪੇਸ਼ ਕਰਨਾ ਚਾਹੁੰਦੇ ਆ। ਦੂਸਰੇ ਪਾਸੇ ਰਾਹੁਲ ਗਾਂਧੀ ਵੀ ਉਹ ਇੱਕ, ਕਿਉਂਕਿ
ਸਿੱਖਾਂ ਦਾ ਇੱਕ ਜਿਹੜਾ ਸੈਗਮੈਂਟ ਹੈ ਉਹ ਕਾਂਗਰਸ ਨੂੰ ਪਸੰਦ ਨਹੀਂ ਕਰਦਾ 1984 ਦੇ ਕਰਕੇ, ਬਲੂ ਸਟਾਰ ਕਰਕੇ। ਇਸੇ ਕਰਕੇ ਹੋ ਸਕਦਾ ਰਾਹੁਲ ਗਾਂਧੀ ਜਿਹੜੇ ਆ ਉਹ ਚੁੱਪ ਚੁੱਪੀ ਤੇ ਹਰਿਮੰਦਰ ਸਾਹਿਬ ਆ ਗਏ, ਉੱਥੇ ਮੱਥਾ ਟੇਕਣਗੇ। ਸੋ ਇਹ ਜਿਹੜੀਆਂ ਸਾਰੀਆਂ ਐਕਟੀਵਿਟੀਜ਼ ਅੱਜ ਹੋ ਰਹੀਆਂ ਨੇ 2 ਤਰੀਕ ਨੂੰ, 2 ਅਕਤੂਬਰ ਨੂੰ, ਇਹਨਾਂ ਨੂੰ ਲੋਕ ਜਿਹੜਾ ਉਹ ਇਹਨਾਂ ਦੀ ਸ਼ਰਧਾ ਭਾਵਨਾ ਘੱਟ, ਦੂਸਰੇ ਪਾਸੇ ਜਿਹੜਾ ICU ਦਾ ਉਦਘਾਟਨ ਹੋਣਾ ਸੈਂਟਰ ਦਾ, ਉਹ ਵੀ ਲੋਕ ਇਹਨੂੰ ਸਿਰਫ ਵੋਟਾਂ ਦੇ ਨਜ਼ਰ ਨਾਲ ਹੀ ਦੇਖ ਰਹੇ ਆ। Subscribe to One India channel and never miss an update.